ਪਿੰਡਾਂ ਦੇ ਵਿੱਚ ਬੋਲਦੇ ਹੁੰਦੇ ਵੀ ਪਰਨਾਲੇ ਵਾਂਗੂ ਜਿਹੜਾ ਮੀਂਹ ਪਿਆ ਤੇ ਉਸ ਤਰ੍ਹਾਂ ਦਾ ਮੀਂਹ ਪਿਆ ਪਰ ਪੜਾਸ ਫਿਰ ਜਦੋਂ ਧੁੱਪ ਲੱਗ ਜਾਣੀ ਆ ਫਿਰ ਪੜਾਸ ਸੋਨੀ ਹੋ ਜਾਣੀ ਆ। ਕਿੱਦਾਂ ਦੀ ਬਣੀ ਉਰਦੂ ਸਬਜ਼ੀ? ਬਹੁਤ ਹੀ ਜ਼ਿਆਦਾ ਟੇਸਟੀ। ਕਿੰਨੇ ਦਿਨਾਂ ਬਾਅਦ ਆਪਾਂ ਇਹ ਸਵਾਦ ਜਿਹੜਾ ਚੱਖਿਆ ਸਬਜ਼ੀ ਦਾ। ਹੁਣ ਇੰਨਾ ਵੀ ਮੀਂਹ ਜ਼ਿਆਦਾ ਨਾ ਪੈ ਜਾਵੇ ਫਿਰ ਚੁੱਲ੍ਹਾ ਚੌਂਕਾ ਨੇ ਜੇ ਆਪਣਾ ਭੇਜ ਜਾਣਾ। ਹੁਣ ਆਪਾਂ ਰੋਟੀ ਖਾ ਲਈਏ। ਦੇਖੋ ਆਪਣੀ ਰੋਟੀ ਬਣਾਉਣ ਦੀ ਦੇਰ ਸੀ, ਮੀਂਹ ਦੇਖੋ ਬਹੁਤ ਮਜ਼ਾ ਆ ਰਿਹਾ। ਹੁਣ ਚੁੱਲ੍ਹੇ ਤੋਂ ਉੱਥੋਂ ਗਰਮ ਗਰਮ ਮੈਂ ਉੱਠੀ ਹੈ ਤਾਂ ਮੀਂਹ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ। ਕਿੰਨੇ ਦਿਨਾਂ ਬਾਅਦ ਹੀ ਇਹਦੇ ਵਿੱਚ ਚੁੱਲ੍ਹੇ ਦੇ ਉੱਤੇ ਕੁੰਡੇ ਦੇ ਵਿੱਚ ਤੜਕਾ ਕੁੱਟ ਕੇ ਫਿਰ ਬਣਾਵਾਂਗੇ, ਕਿਉਂਕਿ ਜਿਹੜਾ ਇਹ ਸਵਾਦ ਆ ਉਹ ਗੈਸ ਤੇ ਨਹੀਂ ਆਉਂਦਾ। ਜਿੰਨੇ ਮਰਜ਼ੀ ਆਪਾਂ ਮਸਾਲੇ ਪਾ ਲਈਏ ਇਹਦਾ ਸਵਾਦ ਹੀ ਕੁਝ ਵੱਖਰਾ ਆਉਂਦਾ ਵਾ। ਤੇ ਚੁੱਲ੍ਹੇ ਤੇ ਆਪਾਂ ਬਣਾਇਆ ਇੰਨੇ ਦਿਨ ਕਿਉਂ ਨਹੀਂ ਆ? ਹੋਰ ਬੱਚਿਆਂ ਦੀਆਂ ਵੀ ਕਈ ਡਿਮਾਂਡਾਂ ਨੇ, ਦੇਖੋ ਆਪਾਂ ਪੂਰੀਆਂ ਕਰਦੇ ਤਾਂ ਤੁਹਾਨੂੰ ਵੀਡੀਓ 'ਚ ਵਿਖਾਵਾਂਗੇ। ਤੇ ਆਪਣੇ ਗੱਲਾਂ ਕਰਦੇ ਕਰਦੇ ਮੌਸਮ ਵੀ ਦੇਖੋ ਵਧੀਆ ਹੁੰਦਾ ਜਾ ਰਿਹਾ। ਪਹਿਲਾਂ ਬਹੁਤ ਇੱਕਦਮ ਇੰਨਾ ਘੁੱਟ ਸੀਗਾ ਵੀ ਪਸੀਨਾ ਇੰਨਾ ਆਉਂਦਾ ਸੀਗਾ। ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਰਾਮ ਰਾਮ, ਜੈ ਮਾਤਾ ਦੀ। ਕੈਸੇ ਆਪ ਸਭ? ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ। ਤੇ ਫਰੈਂਡ ਅੱਜ ਵਾਲੀ ਵੀਡੀਓ ਜੇ ਤੁਸੀਂ ਦੇਖਦੇ ਹੋਗੇ ਵੀ ਆਪਾਂ ਆਪਣੇ ਪੁਰਾਣੇ ਅੱਡੇ ਤੇ ਆ ਚੁੱਕੇ ਹਾਂ, ਜਿਹੜੇ ਪੁਰਾਣਾ ਸੈਟਅਪ ਸੀ ਆਪਣਾ, ਯਾਨੀ ਕਿ ਜਿਹੜਾ ਚੁੱਲ੍ਹੇ ਚੌਂਕੇ 'ਚ ਆਪਾਂ ਆ ਚੁੱਕੇ ਹਾਂ। ਪਰ ਇਹ ਸੈਟਅਪ ਸਾਰਾ ਖਰਾਬ ਹੋ ਚੁੱਕਿਆ। ਇਹ ਆਪਾਂ ਤੁਹਾਨੂੰ ਉਸ ਦਿਨ ਵੀ ਵਲੌਗ 'ਚ ਵਿਖਾਇਆ ਸੀਗਾ ਵੀ ਬਾਰਿਸ਼ ਹੋਣ ਕਰਕੇ ਇਹ ਬਹੁਤ ਜ਼ਿਆਦਾ ਜਿਹੜਾ ਖਰਾਬ ਹੋ ਚੁੱਕਾ। ਹੁਣ ਇਹਨੂੰ ਅਜੇ ਆਪਾਂ ਸਹੀ ਨਹੀਂ ਕਰ ਰਹੇ ਕਿਉਂਕਿ ਉੱਪਰ ਬੱਦਲ ਦੇਖੋ ਅਜੇ ਵੀ ਕਿੰਨਾ ਵਾ, 2-3 ਦਿਨ ਹੋ ਗਏ ਰੋਜ਼ ਹੀ ਬੱਦਲ ਇਦਾਂ ਆ ਜਾਂਦਾ ਵਾ। ਤੇ ਫਿਰ ਮੈਨੂੰ ਡਰ ਲੱਗਦਾ ਵੀ ਆਪਾਂ ਇਹਦੀ ਫੇਰ ਉਦਾਂ ਹੀ ਸਾਫ਼ ਸਫਾਈ ਕਰਾਂਗੇ, ਉਦਾਂ ਹੀ ਫੇਰ ਪੋਚਾ ਪਚਾ ਮਾਰਾਂਗੇ ਤੇ ਬਾਰਿਸ਼ ਆ ਗਈ ਤੇ ਫੇਰ ਕੰਮ ਖਰਾਬ ਹੋ ਜਾਊਗਾ। ਕਰਕੇ ਮੈਂ ਇਹਨੂੰ ਪੂਰੀ ਅਜੇ ਸਾਫ਼ ਸਫਾਈ ਨਹੀਂ ਕੀਤੀ, ਯਾਨੀ ਕਿ ਇਹਨੂੰ ਪੂਰਾ ਲਿਪਿਆ ਨਹੀਂ ਆ, ਪੂਰਾ ਜਿਵੇਂ ਆਪਾਂ ਚੌਂਕੇ ਨੂੰ ਲਿਪਣਾ ਹੁੰਦਾ, ਚੁੱਲ੍ਹੇ ਨੂੰ ਲਿਪਣਾ ਹੁੰਦਾ, ਕਿਉਂਕਿ ਮੈਂ ਕਿਹਾ ਬਾਰਿਸ਼ਾਂ ਲੰਘ ਹੀ ਜਾਣ ਫਿਰ ਹੀ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਫੇਰ ਸਾਫ਼ ਸਫਾਈ ਇਹਦੀ ਕਰਾਂਗੇ, ਫਿਰ ਤਿਆਰ ਕਰਾਂਗੇ। ਅਦਰਵਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਬੱਦਲ ਜਿਵੇਂ ਸਿਰ ਤੇ ਰੋਜ਼ ਹੀ ਹੁੰਦਾ ਵਾ, ਥੋੜਾ ਥੋੜਾ ਮੀਂਹ ਤੇ ਆ ਹੀ ਜਾਂਦਾ ਤਕਰੀਬਨ, ਕਦੀ ਰਾਤ ਆ ਜਾਂਦਾ ਕਦੀ ਦਿਨੇ ਆ ਜਾਂਦਾ। ਤੇ ਅੱਜ ਪੂਰਾ ਐ ਗੁੰਮ ਆ, ਬਹੁਤ ਹੀ ਜ਼ਿਆਦਾ ਬੁਰਾ ਹਾਲ ਗਰਮੀ ਦਾ ਵੀ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਸ਼ਹਿਰਾਂ 'ਚ ਕਿੱਦਾਂ ਦਾ ਹਾਲ ਆ। ਸਾਡੇ ਤੇ ਰੋਪੜ ਦੇ ਵਿੱਚ ਬਹੁਤ ਗਰਮੀ ਅੱਜ ਪੈ ਰਹੀ ਆ। ਤੇ ਅੱਜ ਆਪਾਂ ਫਿਰ ਵੀ ਬਣਾ ਰਹੇ ਹਾਂ ਜੀ ਚੁੱਲ੍ਹੇ ਤੇ ਆਲੂ ਮਟਰਾਂ ਦੀ ਸਬਜ਼ੀ ਬਣਾਉਣ ਲੱਗੇ ਕਿਉਂਕਿ ਬੱਚੇ ਅੱਜ ਘਰੇ ਸੀਗੇ। ਬੱਚੇ ਕਹਿ ਰਹੇ ਸੀ ਕਿ ਮੰਮਾ ਕਿੰਨੇ ਦਿਨ ਹੋ ਗਏ ਚੁੱਲ੍ਹੇ ਦੀ ਸਬਜ਼ੀ ਨਹੀਂ ਖਾਧੀ, ਜਿਹੜੀ ਆਪਾਂ ਚੁੱਲ੍ਹੇ ਤੇ ਬਣਾਉਂਦੇ ਉਹਦਾ ਟੇਸਟ ਹੀ ਵੱਖਰਾ ਹੁੰਦਾ। ਤੇ ਅੱਜ ਆਪਾਂ ਆਲੂ ਮਟਰ ਦੀ ਸਬਜ਼ੀ ਜਿਹੜੀ ਆ ਉਹ ਤੌੜੀ ਦੇ ਵਿੱਚ ਚੁੱਲ੍ਹੇ ਦੇ ਉੱਤੇ ਕੁੰਡੇ ਦੇ ਵਿੱਚ ਤੜਕਾ ਕੁੱਟ ਕੇ ਫਿਰ ਬਣਾਵਾਂਗੇ, ਕਿਉਂਕਿ ਜਿਹੜਾ ਇਹ ਸਵਾਦ ਆ ਉਹ ਗੈਸ ਤੇ ਨਹੀਂ ਆਉਂਦਾ। ਜਿੰਨੇ ਮਰਜ਼ੀ ਆਪਾਂ ਮਸਾਲੇ ਪਾ ਲਈਏ ਇਹਦਾ ਸਵਾਦ ਹੀ ਕੁਝ ਵੱਖਰਾ ਆਉਂਦਾ ਵਾ। ਤੇ ਚੁੱਲ੍ਹੇ ਤੇ ਆਪਾਂ ਬਣਾਇਆ ਇੰਨੇ ਦਿਨ ਕਿਉਂ ਨਹੀਂ ਆ? ਕਿਉਂਕਿ ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਈਪ ਅਸੀਂ ਕੱਟ ਕੇ ਇੱਧਰ ਨੂੰ ਮੋੜ ਕੇ ਪਾਈ ਸੀ ਨਾ, ਇੱਥੋਂ ਜਦੋਂ ਉੱਤੋਂ ਬਾਰਿਸ਼ ਹੁੰਦੀ ਰਹੀ ਸਾਰਾ ਪਾਣੀ ਐ ਥੱਲੇ ਆ ਕੇ ਸਾਰਾ ਇਹ ਚੁੱਲ੍ਹੇ ਦੇ ਵਿੱਚ ਭਰ ਗਿਆ ਸੀ ਪਾਣੀ, ਯਾਨੀ ਕਿ ਚੁੱਲ੍ਹਾ ਬਹੁਤ ਗਿੱਲਾ ਸੀਗਾ। ਅਜੇ ਵੀ ਪਿੱਛੋਂ ਥੋੜਾ ਥੋੜਾ ਗਿੱਲਾ ਹੈਗਾ। ਹੁਣ ਆਪਾਂ ਇਹਦੇ ਵਿੱਚ ਅੱਗ ਮਚਾਵਾਂਗੇ। ਅਜੇ ਬੱਚੇ ਘਰੇ ਸੀ, ਉਹਨਾਂ ਨੇ ਮੇਰੇ ਨਾਲ ਹੈਲਪ ਕਰਾ ਕੇ ਸਾਰਾ ਇਹ ਜਿਹੜਾ ਸਾਫ਼ ਸਫਾਈ ਕਰਾਈ ਆ, ਥੱਲਿਓ ਵੀ ਆਪਾਂ ਸਾਫ਼ ਸਫਾਈ ਸਾਰੀ ਇੱਥੋਂ ਕਰਕੇ ਤੇ ਅੱਜ ਆਪਾਂ ਇਹ ਤੇ ਤੌੜੀ ਦੇ ਵਿੱਚ ਆਲੂ ਮਟਰ ਦੀ ਸਬਜ਼ੀ ਬਣਾਵਾਂਗੇ। ਤੇ ਹੋਰ ਬੱਚਿਆਂ ਦੀਆਂ ਵੀ ਕਈ ਡਿਮਾਂਡਾਂ ਨੇ, ਦੇਖੋ ਆਪਾਂ ਪੂਰੀਆਂ ਕਰਦੇ ਤਾਂ ਤੁਹਾਨੂੰ ਵੀਡੀਓ 'ਚ ਵਿਖਾਵਾਂਗੇ। ਤੇ ਆਪਣੇ ਗੱਲਾਂ ਕਰਦੇ ਕਰਦੇ ਮੌਸਮ ਵੀ ਦੇਖੋ ਵਧੀਆ ਹੁੰਦਾ ਜਾ ਰਿਹਾ। ਪਹਿਲਾਂ ਬਹੁਤ ਇੱਕਦਮ ਇੰਨਾ ਘੁੱਟ ਸੀਗਾ ਵੀ ਪਸੀਨਾ ਇੰਨਾ ਆਉਂਦਾ ਸੀਗਾ। ਹੁਣ ਥੋੜੀ ਥੋੜੀ ਹਵਾ ਜਿਹੜੀ ਉਹ ਸ਼ੁਰੂ ਹੋ ਗਈ ਆ ਤੇ ਮੀਂਹ ਵੀ ਮੈਨੂੰ ਲੱਗਦਾ ਆਊਗਾ। ਤੇ ਹੁਣ ਆਪਾਂ ਤਿਆਰੀ ਕਰਦੇ ਹਾਂ ਜੀ ਸਬਜ਼ੀ ਦੀ। ਸਬਜ਼ੀ ਜਿਹੜੀ ਆਪਾਂ ਸਿੰਪਲ ਜੇ ਤਰੀਕੇ ਨਾਲ, ਦੇਸੀ ਤਰੀਕੇ ਨਾਲ ਜਿਵੇਂ ਪੁਰਾਣੀਆਂ ਬੀਬੀਆਂ ਬਣਾਉਂਦੀਆਂ ਹੁੰਦੀਆਂ ਸੀ ਉਸੇ ਤਰ੍ਹਾਂ ਬਣਾਵਾਂਗੇ। ਮਟਰ ਆਪਾਂ ਜਿਹੜੇ ਧੋ ਕੇ ਰੱਖ ਲਏ ਸੀਗੇ, ਇਹ ਆਲੂ ਵੀ ਕੱਟ ਕੇ ਰੱਖ ਲਏ ਤੇ ਆਪਾਂ ਹੁਣ ਤੜਕਾ ਘੁੱਟ ਲੈਂਦੇ ਹਾਂ ਕੁੰਡੇ ਦੇ ਵਿੱਚ ਪਹਿਲਾਂ। ਹੁਣ ਲਸਣ ਤੇ ਪਿਆਜ਼ ਆਪਾਂ ਜਿਹੜਾ ਥੋੜੇ ਥੋੜੇ ਕੁੱਟ ਲਏ, ਹੁਣ ਆਪਾਂ ਪਾ ਦਾਂਗੇ ਹਰੀ ਮਿਰਚ ਵਿੱਚ ਤੇ ਨਾਲ ਹੀ ਪਾ ਦਾਂਗੇ ਆਪਾਂ ਇਹ ਮਸਾਲੇ। ਇਹਦਾ ਪੁਰਾਣੀਆਂ ਬੀਬੀਆਂ ਪਹਿਲਾਂ ਬਣਾਉਂਦੀਆਂ ਹੁੰਦੀਆਂ ਸੀਗੀਆਂ। ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਨਮਕ ਸਵਾਦ ਅਨੁਸਾਰ। ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਕੁੱਟ ਲੈਣੇ। ਮੌਸਮ ਤੇ ਮੈਨੂੰ ਲੱਗਦਾ ਪਤਾ ਨਹੀਂ ਸਬਜ਼ੀ ਵੀ ਬਣਾਉਣ ਦਵੇ ਸਾਨੂੰ ਇੱਥੇ ਕਿ ਨਾ ਬਣਾਉਣ ਦਵੇ, ਪਰ ਇੱਕਦਮ ਇੰਨਾ ਘੁੱਟ ਸੀਗਾ ਜਿਵੇਂ ਪਹਿਲਾਂ ਪੂਰਾ ਰਾੜ ਦਾ ਵਾ ਰੱਬ ਤੇ ਮੁੜ ਕੇ ਫਿਰ ਬਾਅਦ ਦੇ ਵਿੱਚ ਮੀਂਹ ਪਾ ਦਿੰਦਾ। ਇਸੇ ਮੀਂਹ ਤੋਂ ਡਰਦੇ ਹੀ ਨਹੀਂ ਆਪਾਂ ਇਹ ਚੌਂਕੇ ਚੁੱਲ੍ਹੇ ਦੀ ਅਜੇ ਪੂਰੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ। ਹੁਣ ਤੜਕਾ ਆਪਾਂ ਕੁੱਟ ਲਿਆ ਤੇ ਹੁਣ ਆਪਾਂ ਇੱਧਰ ਅੱਗ ਵੀ ਮਚਾ ਲਈ ਆ ਤੇ ਹੁਣ ਆਪਾਂ ਪਾ ਦੇਣੇ ਇਹਦੇ ਵਿੱਚ ਸਰ੍ਹੋਂ ਦਾ ਤੇਲ। ਹੁਣ ਤੇਲ ਆਪਣਾ ਗਰਮ ਹੋ ਚੁੱਕਾ, ਆਪਾਂ ਇਹਦੇ ਵਿੱਚ ਪਾ ਦਾਂਗੇ ਚੁਟਕੀ ਭਰ ਰਤਨ ਜੋਤ
ਤੇ ਨਾਲ ਹੀ ਚੁਟਕੀ ਪਾਵਾਂਗੇ ਇਹਦੇ ਵਿੱਚ ਆਪਾਂ ਹਿੰਗ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਰਾਈ ਤੇ ਨਾਲ ਇੱਕ ਚਮਚ ਪਾ ਦੇਣਾ ਦਾ ਬੱਜਾ ਆਪਾਂ ਤੇ ਇੱਕ ਚਮਚ ਪਾ ਦਾਂਗੇ ਇਹਦੇ ਵਿੱਚ ਆਪਾਂ ਜੀਰਾ ਇਹਦੇ ਵਿੱਚ ਅੱਜ ਆਪਾਂ ਜ਼ਿਆਦਾ ਨਹੀਂ ਮਸਾਲੇ ਪਾ ਰਹੇ ਬਸ ਲਾਈਟ ਜਿਹੀ ਸਬਜ਼ੀ ਬਣਾ ਕੇ ਖਾਣ ਨੂੰ ਦਿਲ ਕਰਦਾ ਸੀ ਵੀ ਚੁੱਲ੍ਹੇ 'ਤੇ ਐਂ ਸਬਜ਼ੀ ਬਣੀ ਹੋਵੇ ਪਤਲੀ ਜਿਹੀ ਜਿਵੇਂ ਪਹਿਲਾਂ ਪਿੰਡਾਂ ਦੇ ਵਿੱਚ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ ਨਾ ਉੱਦਾਂ ਦਿਲ ਕਰ ਰਿਹਾ ਸੀ ਖਾਣ ਨੂੰ ਅੱਛਾ ਅਤੇ ਹੁਣ ਸੁੱਕੇ ਮਸਾਲੇ ਆਪਣੇ ਭੁੱਜ ਕੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੜਕਾ ਜਿਹੜਾ ਆਪਾਂ ਕੁੱਟਿਆ ਖੁੰਡੇ ਹੁਣ ਤੜਕਾ ਆਪਣਾ ਭੁੱਜ ਚੁੱਕਾ ਆਪਾਂ ਥੋੜ੍ਹਾ ਜਿਹਾ ਕੁੰਡਾ ਧੋ ਕੇ ਇਹਦੇ ਵਿੱਚ ਪਾਣੀ ਪਾ ਦਿੰਦੇ ਹੁਣ ਤੜਕਾ ਆਪਣਾ ਚੰਗੀ ਤਰ੍ਹਾਂ ਜਿਹੜਾ ਭੁੱਜ ਚੁੱਕਾ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆਲੂ ਆਲੂ ਨੂੰ ਆਪਾਂ ਪਾਣੀ 'ਚ ਰੱਖਿਆ ਸੀ ਤਾਂ ਕਿ ਕਾਲੇ ਨਾ ਹੋ ਜਾਣ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਮਟਰ ਇਹ ਆਪਾਂ ਧੋ ਕੇ ਪਹਿਲਾਂ ਰੱਖੇ ਸੀ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਦਿੰਦੇ ਹਾਂ ਪਾਣੀ ਤੁਸੀਂ ਆਪਣੀ ਲੋੜ ਅਨੁਸਾਰ ਪਾਉਣਾ ਜਿੰਨੀ ਕੁ ਤਰੀ ਤੁਸੀਂ ਖਾਂਦੇ ਹਾਂ ਹੁਣ ਇਹਨੂੰ ਆਪਾਂ ਢੱਕ ਕੇ ਰਿੱਝਣ ਦਿੰਦੇ ਹਾਂ ਆਪਾਂ ਉਹਨੇ ਦੇਰ ਆਟਾ ਗੁੰਨ ਲੈਂਦੇ ਹਾਂ ਫਿਰ ਸਬਜ਼ੀ ਬਣ ਜੂ ਅਤੇ ਰੋਟੀ ਬਣਾ ਲਾਂਗੇ ਜਲਦੀ ਚੁੱਲ੍ਹੇ 'ਤੇ ਇੰਨਾ ਸੌਖਾ ਹੁੰਦਾ ਵਾ ਵੀ ਜਲਦੀ ਜਲਦੀ ਕੰਮ ਹੋ ਜਾਂਦਾ ਵਾ ਗੈਸ 'ਤੇ ਵੀ ਹੋ ਜਾਂਦਾ ਵਾ ਪਰ ਇੰਨਾ ਵੀ ਇੱਥੇ ਬੈਠੇ ਬੈਠੇ ਸਾਰੇ ਕੰਮ ਕਰ ਲਓ ਨਾਲੇ ਥੋੜ੍ਹੀ ਜਿਹੀ ਹਵਾ ਦੇ ਵਿੱਚ ਥੋੜ੍ਹਾ ਵਧੀਆ ਰਹਿੰਦਾ ਵਾ ਇੱਕ ਇਹਦਾ ਟੇਸਟ ਜਿਹੜਾ ਸਭ ਤੋਂ ਜ਼ਿਆਦਾ ਹੀ ਮਿਸ ਕੀਤਾ ਸੀ ਦੋ ਤਿੰਨ ਦਿਨ ਹੋ ਗਏ ਆ ਵੀ ਚੁੱਲ੍ਹਾ ਨਹੀਂ ਬਲ ਰਿਹਾ ਸੀ ਸਾਡਾ ਗਿੱਲਾ ਹੋਣ ਕਰਕੇ ਅੱਜ ਵੀ ਬਹੁਤ ਔਖੀ ਅੱਗ ਬਲੀ ਹੈ ਕਿਉਂਕਿ ਚੁੱਲ੍ਹਾ ਜਿਹੜਾ ਪਿਛਲੀ ਸਾਈਡ ਤੋਂ ਸਾਰਾ ਗਿੱਲਾ ਵਾ ਵੈਸੇ ਮੈਨੂੰ ਢੱਕ ਕੇ ਗਈ ਸੀ ਪਰ ਉੱਪਰੋਂ ਜਿਵੇਂ ਉੱਥੋਂ ਪਾਣੀ ਆਉਂਦਾ ਸੀ ਨਾ ਉੱਪਰੋਂ ਪਾਣੀ ਆ ਕੇ ਸਾਰਾ ਇਹਦੇ ਵਿੱਚ ਪੈ ਕੇ ਉਹ ਪਾਈਪ ਦੀ ਜਿੱਥੋਂ ਕੱਟਿਆ ਉੱਥੋਂ ਪੈ ਗਿਆ ਸੀਗਾ ਪਾਣੀ ਹੁਣ ਆਪਾਂ ਸਬਜ਼ੀ ਰਿੱਝਣ ਦਿੰਦੇ ਅਤੇ ਆਪਾਂ ਆਟਾ ਗੁੰਨ ਲੈਂਦੇ ਨੇ ਸਬਜ਼ੀ ਆਪਣੀ ਬਣ ਚੁੱਕੀ ਆ ਇਹਨੂੰ ਆਪਾਂ ਦੂਸਰੇ ਚੁੱਲ੍ਹੇ 'ਤੇ ਰੱਖ ਦਿੰਦੇ ਹਾਂ ਉਤਾਰ ਕੇ ਅਤੇ ਇੱਥੇ ਆਪਾਂ ਰੋਟੀ ਬਣਾ ਲੈਂਦੇ ਹਾਂ ਸਾਰੇ ਫੁਲਕੇ ਲਾ ਲੈਂਦੇ ਹਾਂ ਬੱਦਲ ਵੀ ਐਂ ਗੁੜ ਗੁੜ ਕਰਨ ਦਿਆ ਕਿੰਨੇ ਮਿੰਟ ਦੀ ਸ਼ੁਰੂ ਹੋ ਗਈ ਆ ਫਿਰ ਆਪਾਂ ਜਦੋਂ ਰੋਟੀ ਖਾਣ ਪੈਂਦੇ ਹਾਂ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਦੇਖੋ ਆਪਣੀ ਰੋਟੀ ਬਣਾਉਣ ਦੀ ਦੇਰ ਸੀ ਮੀਂਹ ਦੇਖੋ ਬਹੁਤ ਮਜ਼ਾ ਆ ਰਿਹਾ ਹੁਣ ਚੁੱਲ੍ਹੇ ਤੋਂ ਉੱਥੋਂ ਗਰਮ ਗਰਮ ਮੈਂ ਉੱਠੀ ਹਾਂ ਤਾਂ ਮੀਂਹ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ ਕਿੰਨੇ ਦਿਨਾਂ ਬਾਅਦ ਹੀ ਪਿਆ ਵਾ ਵੈਸੇ ਅਤੇ ਹੁਣ ਆਪਾਂ ਚੁੱਲ੍ਹਾ 'ਚ ਫਿਰ ਫਿਕਰ ਪੈਣੀ ਹੈ ਵੀ ਅਜੇ ਗਰਮ ਆ ਚੁੱਲ੍ਹਾ ਆਪਾਂ ਢੱਕ ਨਹੀਂ ਸਕਦੇ ਹੁਣੇ ਆਪਾਂ ਰੋਟੀ ਬਣਾ ਕੇ ਟੇਸਟ ਹੁਣ ਆਪਾਂ ਪਹਿਲਾਂ ਅੰਦਰ ਜਾ ਕੇ ਰੋਟੀ ਖਾ ਲੈਂਦੇ ਹਾਂ ਫਿਰ ਦੇਖਦੇ ਹਾਂ ਵੀ ਕੀ ਬਣਦਾ ਇੱਥੋਂ ਦਾ ਅਜੇ ਤਾਂ ਮੀਂਹ ਸਿੱਧਾ ਹੀ ਹੈ ਜਦੋਂ ਵਾਛੜ ਆਉਂਦੀ ਹੈ ਨਾ ਅੰਦਰ ਨੂੰ ਫਿਰ ਭਿੱਜਦਾ ਨਹੀਂ ਅਤੇ ਉੱਪਰ ਤੋਂ ਉਹ ਦੇਖੋ ਆਪਾਂ ਛੱਡਣ ਦੀਆਂ ਪਵਾਇਆ ਆਵਾਜ਼ ਕਿੰਨੀ ਆ ਰਹੀ ਹੈ ਮੀਂਹ ਦੀ
ਹੁਣ ਆਪਾਂ ਰੋਟੀ ਖਾ ਲੈਣੇ ਜੀ। ਆਓ ਜੀ ਤੁਸੀਂ ਵੀ ਇੰਜੋਏ ਕਰੋ ਸਾਡੇ ਨਾਲ। ਕਿੱਦਾਂ ਦੀ ਬਣੀ ਬੁੱਢੀ ਸਬਜ਼ੀ? ਬਹੁਤ ਹੀ ਜ਼ਿਆਦਾ ਟੇਸਟੀ। ਕਿੰਨੇ ਦਿਨਾਂ ਬਾਅਦ ਆਪਾਂ ਇਹ ਸਵਾਦ ਜਿਹੜਾ ਚੱਖਿਆ ਸਬਜ਼ੀ ਦਾ। ਹੁਣ ਇੰਨਾ ਵੀ ਮੀਂਹ ਜ਼ਿਆਦਾ ਨਾ ਪੈ ਜਾਵੇ, ਫਿਰ ਚੁੱਲ੍ਹਾ ਚੌਂਕਾ ਨਹੀਂ ਤਾਂ ਆਪਣਾ ਭੇਜ ਜਾਣਾ। ਹੁਣ ਆਪਾਂ ਰੋਟੀ ਖਾ ਲਈਏ। ਹੁਣ ਰੋਟੀ ਆਪਾਂ ਖਾ ਚੁੱਕੇ ਹਾਂ ਜੀ। ਬਸ ਰੋਟੀ ਖਾਂਦਿਆਂ ਖਾਂਦਿਆਂ ਦੇਖੋ ਮੀਂਹ ਵੀ ਹਟ ਗਿਆ ਤੇ ਧੁੱਪ ਦੇਖੋ। ਆਪਾਂ ਤੇ ਸੋਚਿਆ ਆਪਾਂ ਮੀਂਹ ਦਾ ਇੰਜੋਏ ਕਰਦੇ ਹਾਂ, ਪਰ ਦੇਖੋ ਮੀਂਹ ਇੱਕੇ ਦਮ ਆਇਆ ਵਾ ਤੇ ਬਸ ਉਸੇ ਦਮ ਫਿਰ ਧੁੱਪ ਲੱਗ ਗਈ ਆ। ਪਹਿਲਾਂ ਆਪਾਂ ਜਦੋਂ ਵੀਡੀਓ ਸ਼ੁਰੂ ਕੀਤੀ ਸੀ ਤੇ ਇੰਨਾ ਜ਼ਿਆਦਾ ਘੁੱਟ ਸੀਗਾ, ਫਿਰ ਜਦੋਂ ਆਪਾਂ ਬਣਾ ਰਹੇ ਸੀ ਸਬਜ਼ੀ ਰੋਟੀ ਉਦੋਂ ਬੜਾ ਸੋਹਣਾ ਮੌਸਮ ਹੋ ਗਿਆ, ਤੇ ਹੁਣ ਦੇਖੋ ਫਿਰ ਤਿੱਖੀ ਧੁੱਪ ਆ ਵੀ ਇੰਨੀ ਜ਼ਿਆਦਾ ਤਿੱਖੀ ਫਿਰ ਧੁੱਪ ਲੱਗ ਗਈ ਹੈ ਨਾ। ਤੇ ਜੇ ਕੀ ਸੀਗਾ ਵੀ ਸ਼ਾਮ ਤੱਕ ਮੀਂਹ ਪੈ ਜਾਂਦਾ। ਭਾਵੇਂ ਬਾਰਿਸ਼ ਦੇਖੋ ਥੋੜ੍ਹੀ ਦੇਰ ਹੀ ਹੋਈ ਆ, ਪਰ ਇੰਨਾ ਵਾ ਵੀ ਹੋਈ ਬਹੁਤ ਆ। ਦੇਖੋ ਇੱਕਦਮ ਜਿਹਨੂੰ ਪਰਨਾਲੇ ਨਹੀਂ ਕਹਿੰਦੇ ਹੁੰਦੇ, ਪਰਨਾਲੇ ਵਗਾ ਤੇ ਪਹਿਲਾਂ ਆਪਣੇ ਪਿੰਡਾਂ ਦੇ ਵਿੱਚ ਬੋਲਦੇ ਹੁੰਦੇ ਵੀ ਪਰਨਾਲੇ ਵਾਗੂ ਜਿਹੜਾ ਮੀਂਹ ਪਿਆ, ਤੇ ਉਸ ਤਰ੍ਹਾਂ ਦਾ ਮੀਂਹ ਪਿਆ। ਪਰ ਭੜਾਸ ਫਿਰ ਜਦੋਂ ਧੁੱਪ ਲੱਗ ਜਾਣੀ ਆ ਫਿਰ ਭੜਾਸ ਉਨੀ ਹੋ ਜਾਣੀ ਆ। ਫਿਰ ਦੇਖੋ ਕਿੰਨਾ ਆਪਾਂ ਘਾਹ ਕੱਢਿਆ ਸੀਗਾ, ਫਿਰ ਦੇਖ ਲਓ ਦੂਸਰਾ ਘਾਹ ਘੱਟ ਹੁੰਦਾ ਦੂਜਾ ਜ਼ਿਆਦਾ ਹੋ ਜਾਂਦਾ, ਜਿਵੇਂ ਜੜ੍ਹਾਂ ਤੋਂ ਕੁੱਟਿਆ ਸੀ ਸਾਰਾ। ਤੁਸੀਂ ਕੋਈ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਇਹਨੂੰ ਘਾਹ ਨੂੰ ਖਤਮ ਕਰਨ ਵਾਸਤੇ ਕੀ ਕੀਤਾ ਜਾਵੇ। ਬਹੁਤ ਹੀ ਜ਼ਿਆਦਾ ਇਹ ਉੱਗ ਜਾਂਦਾ, ਫਿਰ ਕਿਤੇ ਕਿਤੇ ਵੱਡਾ ਹੋ ਜਾਂਦਾ। ਬਾਅਦ ਫਿਰ ਥੋੜ੍ਹੀ ਜਿਹੀ ਜਿਵੇਂ ਸੂਰਜ ਅੱਗੇ ਬੱਦਲ ਆ ਗਿਆ ਨਾ, ਥੋੜ੍ਹਾ ਜਿਹਾ ਫਿਰ ਹੋਈ ਆ। ਹੁਣ ਇਸ ਵਲੋਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਡਾ ਅੱਜ ਦਾ ਵਲੋਗ ਕਿੱਦਾਂ ਦਾ ਲੱਗਾ। ਜੇ ਵਲੋਗ ਚੰਗਾ ਲੱਗਾ ਤਾਂ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ। ਜਿੰਨਾ ਕੁ ਮੀਂਹ ਪੈਂਦਾ ਉਨਾ ਕੁ ਆਪਾਂ ਬਾਹਰ ਇੱਥੇ ਇੰਜੋਏ ਕਰਦੇ ਹਾਂ। ਹੁਣ ਵੀਡੀਓ ਦੇ ਇੱਥੇ ਕਰਦੇ ਜੀ ਐਂਡ, ਤੇ ਮੀਂਹ ਦਾ ਕਰਕੇ ਇੰਜੋਏ। ਮਿਲਦੇ ਹਾਂ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।